एसपी हेडक्वार्टर मोहन लाल ने ट्रैफिक पुलिस को साथ लेकर वाहनों पर रिफ्लेक्टर लगाए गए। बढ़ते कोहरे के कारण वाहनों का नजर आना काफ़ी मुश्किल हो जाता है, जिसके लिए पंजाब पुलिस द्वारा वाहनों पर रिफ्लेक्टर लगाए जा रहे हैं ताकि पीछे से आ रहे वाहन को, खड़े वाहन व सड़क पर चलते वाहन का पता लग सके। दिखा रहे हैं आपको तस्वीरें किस प्रकार एसपी हेडक्वार्टर मोहन लाल द्वारा ट्रैफिक पुलिस को साथ लेकर वाहनों पर रिफ्लेक्टर लगाए गए। हादसों को रोकने के लिए वाहनों पर रिफ्लेक्टर जरूर लगवाएं। थोड़ा सा फन दे दिए राइट आगे नाल आओ इधर आओ सामने आओ इधर आओ इधर इधर व्यू राइट सर। किस तरह का जड़ी मुहिम चलाई गई है पुलिस वालों? ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਜਿਹੜਾ ਹੈਗਾ ਫੌਗ ਦਾ ਹੈਗਾ ਜੀ, ਅਤੇ ਟ੍ਰੈਫਿਕ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹੈਗੀ ਆ ਸੜਕਾਂ 'ਤੇ ਜੀ, ਅਤੇ ਅਸੀਂ CPRC ਵੱਲੋਂ ਇਹ ਸਾਰੇ ਪੰਜਾਬ ਪੁਲਿਸ ਦੇ ਸਟਿੱਕਰ ਜਿਹੜੇ ਆ ਰਿਫਲੈਕਟਰ ਲਗਾ ਰਹੇ ਆ ਜੀ, ਤਾਂ ਕਿ ਕੋਈ ਗੱਡੀ ਜੇਕਰ ਪਿੱਛੋਂ ਆਉਂਦੀ ਹੈ ਤਾਂ ਉਹਨੂੰ ਪਤਾ ਲੱਗ ਜਾਏ ਕਿ ਅੱਗੇ ਕੋਈ ਗੱਡੀ ਖੜ੍ਹੀ ਆ, ਅਤੇ ਉਹ ਟਾਈਮਲੀ ਆਪਣੀ ਗੱਡੀ ਪਿੱਛੇ ਰੋਕ ਲਵੇ ਤਾਂ ਕਿ ਐਕਸੀਡੈਂਟ ਜਿਹੜੇ ਆ ਘੱਟ। ਜੇਕਰ ਗੱਲ ਕੀਤੀ ਜਾਵੇ ਤਾਂ ਹਾਈਵੇ ਦੇ ਉੱਤੇ ਜਿਹੜੇ ਹੋਟਲ ਵਗੈਰਾ ਰੈਸਟੋਰੈਂਟ ਨੇ ਉਹਨਾਂ ਦੇ ਕਾਫੀ ਭੀੜ ਵੇਖਣ ਨੂੰ ਮਿਲਦੀ ਵੱਡੇ ਵਹੀਕਲਾਂ ਦੀ, ਉਹਨਾਂ ਨਾਲ ਕਿਸ ਤਰ੍ਹਾਂ ਤਾਲਮੇਲ ਕਰਕੇ ਉਹਨੂੰ ਦੂਰ ਕੀਤਾ ਜਾਵੇ? ਉਹਨਾਂ ਨਾਲ ਅਸੀਂ ਸਾਡੇ ਜਿਹੜੇ ਟ੍ਰੈਫਿਕ ਦੇ ਹੈਗੇ ਇੰਚਾਰਜ ਹੈਗੇ ਅਸੀਂ ਉਹਨਾਂ ਕੋਲ ਭੇਜਦੇ ਆ ਜੀ, ਵੀ ਜਾ ਕੇ ਤੁਸੀਂ ਉਹਨਾਂ ਨੂੰ ਸਮਝਾਓ ਵੀ ਜਦੋਂ ਕੋਈ ਗੱਡੀਆਂ ਖੜ੍ਹਨੀਆਂ ਆ ਕੇ ਜਿਹਨਾਂ ਨੇ ਕੋਈ ਰੋਟੀ ਖਾਣੀ ਆ ਜਾਂ ਕਿਸੇ ਨੇ ਬੱਸ ਖੜ੍ਹੀ ਕਰਨੀ ਆ ਜੀ, ਅਤੇ ਉਹਨਾਂ ਨੂੰ ਜਾ ਕੇ ਕਹਿੰਦੇ ਭਾਈ ਤੁਸੀਂ ਆਪਣੀ ਗੱਡੀ ਜਿਹੜੀ ਆ ਜਿੱਥੇ ਪਾਰਕਿੰਗ ਬਣੀ ਹੈ ਪਾਰਕਿੰਗ 'ਚ ਗੱਡੀਆਂ ਖੜ੍ਹੀ ਕਰੋ ਤਾਂ ਕਿ ਕੋਈ ਹਾਦਸਾ ਨਾ ਵਾਪਰੇ। ਜਿਹੜੇ ਸੜਕ ਦੇ ਉੱਪਰ ਬੰਪਰ ਬਣੇ ਹੁੰਦੇ ਆ ਜੀ, ਬਰਮ ਬਣੇ ਹੈਗੇ ਆ ਜੀ, ਉਹ ਬਰਮਾ ਦੇ ਉੱਪਰ ਜਿਹੜੀ ਆ ਗੱਡੀਆਂ ਜਿਹੜੀ ਖੜ੍ਹੀਆਂ ਕਰਨੀ ਨਹੀਂ ਚਾਹੀਦੀਆਂ, ਇਹ ਸਾਰਾ ਅਸੀਂ ਇਹਨਾਂ ਨੂੰ ਸਮਝਾ ਕੇ ਭੇਜਿਆ ਇਹ ਗਾਹੇ ਬਗਾਹੇ ਇਹਨਾਂ ਨਾਲ ਮੀਟਿੰਗ ਕਰ ਜੀ। ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ, ਕਿਉਂਕਿ ਧੁੰਦ ਜਿਹੜਾ ਕਿ ਸ਼ਾਮ ਨੂੰ ਜਲਦੀ ਪੈਣ ਲੱਗ ਜਾਂਦੀ ਔਰ ਸਵੇਰੇ ਲੇਟ ਤੱਕ ਪੈਂਦੀ ਹੈ, ਕੀ ਕਹਿਣਾ ਚਾਹੋਗੇ ਲੋਕਾਂ ਨੂੰ, ਸੰਦੇਸ਼ ਕੀ ਦੇਣਾ ਚਾਹੋਗੇ? ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਜੇਕਰ ਘੱਟ ਤੋਂ ਘੱਟ ਧੁੰਦ ਦੇ ਵਿੱਚ ਨਿਕਲਿਆ ਜਾਵੇ ਜੀ, ਜਦੋਂ ਰੋਸ਼ਨੀ ਹੋ ਜਾਂਦੀ ਆ ਉਸ ਟਾਈਮ ਨਿਕਲੋ ਬਾਹਰ, ਅਤੇ ਉਸ ਤਰ੍ਹਾਂ ਹੀ ਆਪਣਾ ਟਾਈਮ ਸੈੱਟ ਕਰੋ ਜੀ, ਅਤੇ ਤਾਂ ਕਿ ਹਾਦਸੇ ਜਿਹੜੇ ਹੈਗੇ ਆ ਹੋ ਰਹੇ ਆ ਬਹੁਤ ਜ਼ਿਆਦਾ, ਤੁਸੀਂ ਦੇਖ ਰਹੇ ਹੋ ਅਖਬਾਰਾਂ 'ਚ ਪੜ੍ਹਦੇ ਆ, ਤਾਂ ਕਿ ਹਾਦਸੇ ਜਿਹੜੇ ਆ ਇਹਨਾਂ ਨੂੰ ਅਵੋਇਡ ਕੀਤਾ ਜਾ ਸਕੇ। ਧੰਨਵਾਦ।